ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਪੰਜਾਬ ਕਬੱਡੀ ਤੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਦੁੱਲੇ ਬੱਗੇਪਿੰਡ ਅਤੇ ਪੱਲੇ ਜੀ ਲਾਲਪੁਰ ਬਾਰੇ ਉਹ ਕਦੋਂ ਇੰਡੀਆ ਉਨਗੇ ਅਤੇ ਕਿਹੜੀ ਟੀਮ ਅਤੇ ਕਿਹੜੀ ਫੈਡਰੇਸ਼ਨ ਦੇ ਵੱਲੋਂ ਖੇਡਣਗੇ ਤਾਂ ਜੇਕਰ ਦੋਸਤੋ ਤੁਸੀਂ ਆਪਣੇ ਇਸ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਕਬੱਡੀ ਤੋਂ ਰਿਲੇਟਡ ਹਰ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਨਾਲ ਬਣਾਈ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪੁੱਜ ਸਕੇ ਤਾਂ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਦੋਸਤੋ ਆਪਾਂ ਗੱਲ ਕਰੀਏ ਦੁੱਲੇ ਬੱਗੇਪਿੰਡ ਦੀ ਅਤੇ ਪਾਲੇ ਜਲਾਲਪੁਰ ਦੀ ਤਾਂ ਇਹ ਦੋਨੋਂ ਦੋਸਤੋ ਸੇਵਾ ਸਿੰਘ ਰਾਣਾ ਦੇ ਵੱਲੋਂ ਸਪான்ਸਰ ਟੀਮ ਸਰਹੜਾ ਰਣੂਆ ਦੇ ਵੱਲੋਂ ਅਤੇ ਨੌਰਥ ਫੈਡਰੇਸ਼ਨ ਦੇ ਵਿੱਚ ਪਿਛਲਾ ਸੀਜ਼ਨ ਖੇਡੇ ਸੀ ਅਤੇ ਆਤਕੀ ਸੀਜ਼ਨ ਵੀ ਦੋਸਤੋ ਇਹ ਦੋਨੋਂ ਦੁੱਲਾ ਬੱਗਾਪਿੰਡ ਅਤੇ ਪਾਲਾ ਜਲਾਲਪੁਰ ਸਰਹੜਾ ਰਣਮਾ ਦੇ ਵੱਲੋਂ ਨਾਰਥ ਫੈਡਰੇਸ਼ਨ ਵਿੱਚ ਖੇਡਣਗੇ ਅਤੇ ਇਹਨਾਂ ਦੇ ਨਾਲ ਐਤਕੀ ਵੱਡੇ ਚਾਰੇ ਜਿਵੇਂ ਕਿ ਬਾਗੀ ਪਰਮਜੀਤਪੁਰਿਆ ਅਤੇ ਹੋਰ ਵੀ ਵੱਡੇ ਪਲੇਅਰ ਇਹਨਾਂ ਦੇ ਨਾਲ ਖੇਡਣਗੇ ਜੇ ਆਪਾਂ ਗੱਲ ਕਰੀਏ ਦੋਸਤੋ ਇਹਨਾਂ ਦੇ ਇੰਡੀਆ ਆਉਣ ਦੀ ਕਿ ਦੁੱਲਾ ਬੱਗਾਪਿੰਡ ਅਤੇ ਪਾਲਾ ਜਲਾਲਪੁਰ ਇੰਡੀਆ ਦੇ ਦਵਾ ਰਹੇ ਨੇ ਤਾਂ ਦੋਸਤੋ ਹਰ ਸੀਜ਼ਨ ਇਹ ਇਹ ਦੋਨੋਂ ਪਲੇਅਰ ਜਿਹੜੇ ਜਾਂ ਤਾਂ ਦਸੰਬਰ ਦੇ ਲਾਸਟ ਵੀਕ ਜਾਂ ਫਿਰ ਜਨਵਰੀ ਦੇ ਫਰਸਟ ਵੀਕ ਵਿੱਚ ਇੰਡੀਆ ਜ਼ਿਆਦਾਤਰ ਆ ਹੀ ਜਾਂਦੇ ਐ ਤਾਂ ਇਹ ਆਪਣਾ ਅਨੁਮਾਨ ਹੈ ਦੋਸਤੋ ਕਿ ਇਹ 10 ਜਨਵਰੀ ਤੋਂ ਪਹਿਲਾਂ ਦੋਸਤੋ ਇੰਡੀਆ ਆ ਜਾਉਣਗੇ ਅਤੇ ਆਪਣੀ ਟੀਮ ਸਰਹੜਾ ਰਣੂਆ ਦੇ ਵੱਲੋਂ ਨਾਰਥ ਫੈਡਰੇਸ਼ਨ ਦੇ ਵਿੱਚ ਖੇਡਣਗੇ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਜੇਕਰ ਤੁਸੀਂ ਗੁਰਦਾਸਪੁਰ ਲੋਅੰਸ ਦੀ ਟੀਮ ਦੇ ਪਲੇਅਰਾਂ ਬਾਰੇ ਜਾਣਨਾ ਚਾਹੁੰਦੇ ਹੋ ਜੋ ਕਿ ਐਮਐਲਕੇ ਵਿੱਚ ਨਵੀਂ ਬਣੀ ਹੈ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਤਾਂ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਅੱਜ ਦੇ ਲਈ ਇੰਨਾ ਹੀ ਨਵੀਂ ਅਪਡੇਟ ਦੇ ਨਾਲ ਧੰਨਵਾਦ